ਤੁਸੀਂ ਜਿੱਦਾਂ ਕਹਿਣਾ ਜੀ ਲੈਣਾ, ਤੁਸੀਂ ਜਿੱਦਾਂ ਕਹਿਣਾ ਮਰ ਲੈਣਾ, ਤੁਸੀਂ ਕਰੋ ਤੇ ਇਸ਼ਾਰਾ ਯਾਰਾ ਆਪਾਂ ਤੇ ਉਦਾਂ ਹੀ ਕਰ ਲੈਣਾ। ਨਾ ਜੀ ਨਾ ਟਰੈਕ ਜਿਹੜਾ ਸਾਡਾ ਸੀਗਾ ਉਹ ਜੋਕਰ ਤੋਂ ਵੀ ਪਹਿਲਾਂ ਦਾ ਰਿਕਾਰਡ ਹੋਇਆ ਹੋਇਆ ਸੀ। ਆਡੀਓ ਬਹੁਤ ਜ਼ਿਆਦਾ ਮੇਰੇ ਦਿਲ ਦੇ ਕਰੀਬ ਸੀ ਕਿਉਂਕਿ ਇਹ ਗਾਣਾ ਮੈਂ ਡੈਡੀਕੇਟ ਕੀਤਾ ਸੀਗਾ ਟੂ ਮਾਈ ਲਵਡ ਵਨ। ਜਦ ਵੀ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਇੱਕ ਅਲੱਗ ਐਕਸਪੀਰੀਅੰਸ ਹੁੰਦਾ। ਵੀ ਪ੍ਰਾਕ, ਜਾਨੀ ਅਤੇ ਹਾਡੀ ਭਾਅ ਜੀ, ਪਹਿਲਾਂ ਸੋਚ ਅਤੇ ਜੋਕਰ ਅਤੇ ਉਸ ਤੋਂ ਬਾਅਦ ਕੀ, ਅਤੇ ਨਾ ਜੀ ਨਾ ਜਦ ਮੈਂ ਪਹਿਲੀ ਵਾਰ ਸੁਣਿਆ ਸੀਗਾ ਅਤੇ ਇੱਕ ਮਾਇੰਡ 'ਚ ਕੌਨਸੈਪਟ ਉੱਦਾਂ ਦਾ ਆਇਆ ਸੀ, ਮੈਂ ਚਾਹੁੰਦਾ ਸੀ ਇੱਕ ਬਹੁਤ ਹੀ ਇਮੋਸ਼ਨਲ ਕਪਲ ਦੀ ਲਵ ਸਟੋਰੀ ਬਣੇ। ਤੁਸੀਂ ਛੱਡੋ ਨਾ ਜੀ ਦਿਲ, ਤੁਹਾਨੂੰ ਛੱਡ ਕੇ ਨਹੀਂ ਜਾਂਦੇ। ਨਾ ਜੀ ਨਾ ਲਿਖਿਆ ਤਾਂ ਗਿਆ ਸੀ ਕਿ ਸ਼ਿਮਲੇ ਗਏ ਹੋਏ ਸੀ ਮੈਂ ਅਤੇ ਹਾਡੀ ਭਾਅ ਜੀ, ਅਤੇ ਉੱਥੇ ਇੱਕ ਸੀਰੀਅਲ ਚੱਲ ਰਿਹਾ ਸੀ, ਅਤੇ ਉੱਥੇ ਸੀਰੀਅਲ 'ਚ ਇੱਕ ਇੱਦਾਂ ਦੀ ਸਿਚੁਏਸ਼ਨ ਆਈ ਕਿ ਉਹ ਪ੍ਰੋਪਰ ਮੈਨੂੰ ਲੱਗਿਆ ਕਿ ਹਾਂ ਇੱਕ ਵਧੀਆ ਸੈਡ ਰੋਮੈਂਟਿਕ ਗਾਣਾ ਬਣ ਸਕਦਾ। ਜਦੋਂ ਜਾਨੀ ਭਾਅ ਜੀ ਨੇ ਗਾਣਾ ਲਿਖਿਆ ਨਾ ਜੀ ਨਾ, ਅਤੇ ਮੈਨੂੰ ਰਾਤ ਨੂੰ ਫੋਨ ਕੀਤਾ ਕਿ ਭਾਅ ਜੀ ਮੈਂ ਇੱਕ ਗਾਣਾ ਲਿਖਿਆ, ਅਤੇ ਮੈਂ ਕਿਹਾ ਵੀ ਭਾਅ ਜੀ ਆ ਜਾਓ ਕੋਈ ਨਹੀਂ ਆਪਾਂ ਬਣਾਉਂਦੇ ਹਾਂ ਦੇਖਦੇ ਹਾਂ। ਅਤੇ ਫਿਰ ਇਹਦੀ ਮੈਂ ਰਿਦਮ ਡਿਜ਼ਾਇਨ ਕੀਤੀ ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਕੰਪੋਜ਼ ਕਰਨਾ ਸਟਾਰਟ ਕੀਤਾ ਇਹਨੂੰ। ਨਾ ਜੀ ਨਾ ਟਰੈਕ ਜਦੋਂ ਅਸੀਂ 91 ਇਕੱਠੇ ਰਹੇ ਸੀ ਉਸ ਟਾਈਮ ਬਣਿਆ ਸੀ, ਇੱਕ ਸਾਲ ਪਹਿਲਾਂ। ਹਾਡੀ ਭਾਈ ਨੇ ਸਾਨੂੰ ਸੁਣਾਇਆ ਅਤੇ ਬਹੁਤ ਹੀ ਵਧੀਆ ਲੱਗਿਆ, ਅਤੇ ਖੈਰੀ ਵੀਰੇ ਨੇ ਕੌਨਸੈਪਟ ਹੀ ਬਹੁਤ ਸੋਹਣਾ ਬਣਾਇਆ, ਅਤੇ ਹਰ ਵਾਰ ਇਸ ਤਰ੍ਹਾਂ ਜਿਹੜੀ ਸਾਨੂੰ ਪ੍ਰੋਬਲਮ ਆਉਂਦੀ ਹੈ ਲੋਕੇਸ਼ਨਾਂ ਦੀ, ਕੌਨਸੈਪਟ ਡਿਫਰੈਂਟ ਹੁੰਦਾ, ਲੋਕੇਸ਼ਨਾਂ ਬਹੁਤ ਡਿਫਰੈਂਟ ਹੈਗੀਆਂ। ਬਹੁਤ ਹੋਸਪਿਟਲ ਦੇਖੇ, ਕਦੇ ਕਿਤੇ ਜਾ ਰਹੇ, ਕਦੇ ਕਿਹੜੇ ਕਿਹੜੇ ਸ਼ਹਿਰ ਸਾਰੇ ਟਰੈਵਲ ਕੀਤਾ। ਅਸੀਂ ਚਾਹੁੰਦੇ ਸੀ ਕਿ ਹੋਸਪਿਟਲ ਥੋੜ੍ਹਾ ਇੰਡੀਅਨ ਟੱਚ ਨਾ ਹੋਵੇ, ਥੋੜ੍ਹਾ ਵੈਸਟਰਨ ਹੋਵੇ। ਉੱਦਾਂ ਦਾ ਹੋਸਪਿਟਲ ਸਾਨੂੰ ਕਿਤੇ ਵੀ ਨਹੀਂ ਮਿਲਿਆ, ਜਿਹਦਾ ਤੁਸੀਂ ਦੇਖੋਗੇ ਫਲੋਰ ਵੀ ਉਹਦਾ ਬਲੂ ਆ, ਅਤੇ ਉਹ 'ਚ ਇੱਕ ਪੂਰਾ ਕਲਰ ਥੀਮ ਆ ਬਲੂ ਅਤੇ ਵਾਈਟ। ਵੀਡੀਓ ਦੇ ਵਿੱਚ ਜਿਹੜਾ ਟਫੈਸਟ ਪਾਰਟ ਸੀਗਾ ਉਹ ਆਪਰੇਸ਼ਨ ਥੀਏਟਰ ਦਾ ਸੀਗਾ, ਬਿਕੋਜ਼ ਉਹ ਜਿਹੜਾ ਆਪਰੇਸ਼ਨ ਬੈੱਡ ਸੀ ਮੈਨੂੰ ਉਹਦੇ 'ਤੇ 6 ਘੰਟੇ ਰੈਗੂਲਰਲੀ ਉਹਦੇ ਉੱਤੇ ਲੇ ਡਾਊਨ ਕਰਨਾ ਪਿਆ। ਆਈ ਵਾਜ਼ ਸਵੈਟਿੰਗ ਆਲ ਓਵਰ, ਬਹੁਤ ਜ਼ਿਆਦਾ ਗਰਮੀ ਸੀਗੀ ਬਿਕੋਜ਼ 2-3 ਕੱਪੜੇ ਉੱਪਰ ਟੰਗੇ ਹੋਏ ਸੀਗੇ। ਬ੍ਰਦਰ ਮੈਨੂੰ ਜਾਣਦੇ ਬੰਦੇ ਬਹੁਤ ਗੰਦੇ ਡਾਇਰੈਕਟਰ ਰੀਅਲ ਹੋਸਪਿਟਲ 'ਚ ਕਦੇ ਨਾ ਤਾਂ ਪਹਿਲਾਂ ਅਸੀਂ ਸ਼ੂਟ ਕੀਤਾ ਸੀਗਾ, ਅਤੇ ਇੱਕ ਬਿਲਕੁਲ ਹੀ ਅਲੱਗ ਐਕਸਪੀਰੀਅੰਸ ਸੀ। ਉੱਥੇ ਪੇਸ਼ੈਂਟ ਵੀ ਸੀਗੇ, ਮਤਲਬ ਤੁਸੀਂ ਹਰ ਚੀਜ਼ ਦਾ ਧਿਆਨ ਰੱਖਣਾ, ਚੁੱਪ ਚਾਪ ਸ਼ੂਟ ਕਰਨਾ। ਪੈਰ ਚੱਲਦੇ ਨਹੀਂ ਇੱਕ ਵੀ ਕਦਮ, ਜਦੋਂ ਕਿਸੇ ਮਜਬੂਰੀ ਕਰਕੇ ਤੁਹਾਡੇ ਹੱਥਾਂ ਵਿੱਚ ਸਾਡਾ ਹੱਥ ਚੱਲੇ। ਅੰਦਰ ਜਾਣਾ ਵੀ ਅਲਾਊਡ ਨਹੀਂ ਸੀਗਾ, ਸਾਰੇ ਓਵਰਕੋਟ ਪਾ ਕੇ ਫਿਰ ਉਹ ਅੰਦਰ ਜਾਣਾ ਅਲਾਊਡ ਕਰਦੇ, ਮਤਲਬ ਸਾਰੀ ਟੀਮ ਨੇ ਪਾਇਆ ਸੀ ਜੋ ਜੋ ਅੰਦਰ ਜਾ ਰਿਹਾ ਸੀਗਾ। ਥੋੜੀ ਜਿਹੀ ਤੇ ਜਰ ਲੈਣਾ, ਤੁਸੀਂ ਜਿੱਦਾਂ ਕਹਿਣਾ ਜੀ ਲੈਣਾ, ਤੁਸੀਂ ਜਿੱਦਾਂ ਕਹਿਣਾ ਮਾਰ। ਇਸ ਗਾਣੇ 'ਚ ਜਿੱਦਾਂ ਦਾ ਕਨਸੈਪਟ ਸੀਗਾ, ਐਕਟਰੈਸ ਨੂੰ ਲੈ ਕੇ ਅਸੀਂ ਬਹੁਤ ਕਨਫਿਊਜ਼ ਸੀਗੇ ਕਿ ਸਾਨੂੰ ਵਧੀਆ ਐਕਟਰੈਸ ਮਿਲੂਗੀ, ਕਿਉਂਕਿ ਐਕਟਰੈਸ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਸੀ। ਤੁਸੀਂ ਜਿੱਦਾਂ ਕਹਿਣਾ ਮਾਰ ਲੈਣਾ। Hi everyone, this is Sivika and this is my second video in Punjab and this time it's with Hari Sandhu. And the director Arvinder Khera, he's the very most talented in Punjab. ਇਹ ਵੀਡੀਓ ਦੇ ਜਿਹੜੀ ਟਾਰਗੇਟ ਆਡੀਅੰਸ ਆ ਉਹ ਇੱਕ ਫੈਮਲੀਜ਼ ਨੂੰ ਟਾਰਗੇਟ ਕੀਤਾ ਗਿਆ, ਮਤਲਬ ਇੱਕ ਉਹ ਨੋਰਮਲ ਮਿਊਜ਼ਿਕ ਵੀਡੀਓ ਨਹੀਂ ਹੈਗੀ ਜਿਹੜੀ ਯੂਥ ਨੂੰ ਪਸੰਦ ਆਉਂਦੀ ਹੈ ਜਾਂ ਸਿਰਫ ਬੱਚਿਆਂ ਵਾਸਤੇ ਜਾਂ ਕਿਸੇ, ਉਹਨੂੰ ਇੱਕ ਫੈਮਲੀਜ਼ ਵਾਸਤੇ ਰੱਖਿਆ ਗਿਆ ਤਾਂ ਕਿ ਉਹ ਹਰ ਕਪਲ ਦੀ ਸਟੋਰੀ ਲੱਗੇ। ਤੁਹਾਡੇ ਬਿਨਾਂ ਦਾ ਗਜ਼ਮ ਖੁਦਾ ਦੀ ਖੁੱਲੀ ਹਵਾ ਵਿੱਚ ਸਾਡਾ ਦਮ। ਸਿੰਕ ਪਾਰਟ ਸੀ ਜਿਹੜਾ ਮੈਂ ਪਹਿਲੀ ਵਾਰੀ ਹਾਈ ਸਪੀਡ ਸਿੰਕ ਕੀਤੇ ਸੀ ਇਹਦੇ ਵਿੱਚ। ਸਿੰਕ ਦੇ ਵਿੱਚ ਆਪਣੇ ਆਪਣੀਆਂ ਜਿਹੜੀਆਂ ਫੀਲਿੰਗਸ ਆ ਉਹਨਾਂ ਨੂੰ ਲੈ ਕੇ ਆਉਣਾ ਪਹਿਲੀ ਵਾਰੀ ਡਿਫਿਕਲਟ ਲੱਗਿਆ ਸੀਗਾ। ਬਾਕੀ ਅਰਵਿੰਦਰ ਹੈ ਹੀ ਹੈ ਕੈਰੈਕਟਰ ਬੈਸਟ, ਉਹਨੇ ਥੋੜ੍ਹਾ ਬਹੁਤ ਸਮਝਾਇਆ ਅਤੇ ਉਸ ਤੋਂ ਬਾਅਦ ਸਾਰਾ ਕੁਝ ਆਪਣੇ ਦਿਮਾਗ ਵਿੱਚ। ਹਾਂ ਜੀ ਹਾਂ, ਥੋੜੀ ਜਿਹੀ ਤੇ ਜਰ ਲੈਣਾ, ਤੁਸੀਂ ਜਿੱਦਾਂ ਕਹਿਣਾ ਜੀ ਲੈਣਾ। ਜਦ ਮੈਂ ਪ੍ਰੀਤੀ ਭਾਈ ਨਾਲ ਡਿਸਕਸ ਕਰ ਰਿਹਾ ਸੀਗਾ ਅਤੇ ਐਂਡ ਜਿਹੜਾ ਪਾਰਟ ਆ ਤੁਸੀਂ ਦੇਖੋਗੇ ਵੀਡੀਓ 'ਚ, ਉਹ 'ਚ ਇੱਕ ਵਾਰੀ ਬ੍ਰੇਕ ਆਉਂਦਾ ਅਤੇ ਫਿਰ ਦੁਬਾਰਾ ਕੋਰਸ ਪਾਰਟ ਆਉਂਦਾ ਜੋ ਕਿ ਪੂਰੇ ਗਾਣੇ 'ਚ ਨਹੀਂ ਆਉਂਦਾ। ਤੁਸੀਂ ਜਿੱਦਾਂ ਕਹਿਣਾ ਜੀ ਲੈਣਾ। ਜਦ ਗਾਣਾ ਸਾਰਾ ਕੰਪਲੀਟ ਹੋ ਗਿਆ ਅਤੇ ਅਰਵਿੰਦਰ ਖਹਿਰਾ ਭਾਈ ਨੇ ਸਾਰਾ ਕੰਸੈਪਟ ਬਣਾਇਆ ਹੋਇਆ ਸੀਗਾ ਵੀਡੀਓ ਦਾ ਅਤੇ ਉਹਨਾਂ ਨੇ ਮੈਨੂੰ ਸੁਣਾਇਆ, ਅਤੇ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਕੁਛ ਰਹਿ ਗਿਆ ਇਹਦੇ 'ਚ ਆਪਾਂ ਹੋਰ ਵਧੀਆ ਕਰ ਸਕਦੇ ਕੰਸੈਪਟ ਨੂੰ ਸੁਣ ਕੇ ਵੀਡੀਓ ਦੇ। ਫਿਰ ਮੈਂ ਇਹਦੇ 'ਚ ਕੋਰਸ ਕਰਵਾਇਆ ਵੀ ਹਾਂ ਵੀ ਉਹ ਬਹੁਤ ਵਧੀਆ ਚੀਜ਼ ਲੱਗੇਗੀ, ਥੋੜ੍ਹੀ ਇੰਡੀਅਨ ਟੱਚ ਆਏਗਾ ਉਹਦੇ ਨਾਲ।
ਹਾਰਡ ਵਰਕ ਦੇ ਨਾਲ ਬਹੁਤ ਜ਼ਿਆਦਾ ਫਨ ਕੀਤਾ ਅਤੇ ਸ਼ੂਟ ਲੇਟ ਨਾਈਟ ਚੱਲਣ ਦੇ ਕਾਰਨ ਸਾਰੇ ਸੌਂ ਗਏ ਸੀਗੇ। ਰਾਤ ਦੇ 2:30 ਵਜੇ ਹੋਏ ਅਤੇ ਸਾਡੀ ਸਾਰੀ ਸਟਾਫ ਕਾਸਟ ਸੁੱਤੀ ਹੋਈ ਅੱਜ ਮੈਂ ਤੁਹਾਨੂੰ ਦਿਖਾਉਣਾਗਾ। ਇਹ ਸਾਡੇ ਨੀਰਜ ਬਾਈ ਨੇ, ਇਹ ਕੋਈ ਵੀ ਚੀਜ਼ ਜਦੋਂ ਘੱਟ ਜਾਂਦੀ ਹੈ ਸਾਨੂੰ ਪੂਰੀ ਕਰਕੇ ਦਿੰਦੇ, ਹਰ ਦੁੱਖ ਕੀ ਦਵਾ ਨੀਰਜ ਬਾਈ। ਇਹ ਸਾਡਾ ਸਪੋਰਟ, ਇਹ ਸਾਡਾ ਮੱਲਾ ਬਾਈ, ਬਹੁਤ ਨੀਰ ਨਾ ਬੁਰਾ ਹਾਲ ਪ੍ਰਾਪਤ ਹੇਅਰ ਸਟਾਈਲ ਵਾਲਾ ਅਲੀ ਬਾਈ, ਅਲੀ ਬਾਈ ਖੜਾ ਵੀ ਕੰਮ ਨੀ ਕਰਨਾ। ਇਹ ਕੈਮਰੇ ਵਾਲਾ ਬਾਈ, ਸਾਰੇ ਬਹੁਤ ਥੱਕੇ ਪਏ ਨੇ, ਥੋੜੀ ਦੇਰ ਤੱਕ ਪੈਕਅਪ ਹੋਣ ਵਾਲਾ ਹੈਗਾ, ਫਿਰ ਸਾਰੇ ਬੋਲੇ ਜਿੱਦਾਂ ਕਹਿਣਾ ਜੀ ਲੈਣਾ, ਤੁਸੀਂ ਜਿੱਦਾਂ ਕਹਿਣਾ ਮਰ ਲੈਣਾ, ਤੁਸੀਂ ਕਰੋ ਤੇ ਇਸ਼ਾਰਾ ਯਾਰਾ, ਆਪਾਂ ਤੇ ਓਦਾਂ ਹੀ ਕਰ ਲੈਣਾ, ਤੁਸੀਂ ਜਿੱਦਾਂ ਕਹਿਣਾ ਜੀ ਲੈਣਾ।